Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਹੇ ਮਾਂ ਕਾਲੀ, ਮੈਂ ਨਹੀਂ ਜਾਣਦੀ ਉਹਨਾਂ ਨੇ ਮੈਨੂੰ ਕਿਉਂ ਕਿਡਨੈਪ ਕੀਤਾ ਸੀ ਤੇ ਕੱਲ ਉਹ ਇੱਥੇ ਕੀ ਕਰਨ ਆਏ ਸੀ। ਪਰ ਜਿੰਨਾ ਮੈਂ ਡਾਕਟਰ ਇਸ਼ਾਨ ਨੂੰ ਜਾਣਦੀ ਹਾਂ, ਉਹ ਇਸ ਗੱਲ ਨੂੰ ਏਦਾਂ ਨਹੀਂ ਜਾਣ ਦੇਣਗੇ। ਜਦੋਂ ਕੋਈ ਮੁੰਡਾ ਕਿਸੇ ਕੁੜੀ ਨਾਲ ਇੱਦਾਂ ਖੜਾ ਹੁੰਦਾ ਹੈ, ਉਹ ਸੰਬੰਧ ਨਜਾਇਜ਼ ਸੰਬੰਧ ਹੁੰਦਾ ਹੈ। ਕਿਉਂਕਿ ਇਹ ਉਹਨਾਂ ਦੇ ਸੁਭਾਅ ਵਿੱਚ ਹੀ ਹੈ ਕਿ ਉਹ ਆਪਣੇ ਸਾਹਮਣੇ ਕੁਝ ਗਲਤ ਹੁੰਦਿਆਂ ਨਹੀਂ ਦੇਖ ਸਕਦੇ। ਪਰ ਜੇ ਅੱਜ ਉਹਨਾਂ ਨੇ ਗੁੱਸੇ ਵਿੱਚ ਆ ਕੇ ਕੁਝ ਅਜਿਹਾ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੀ ਆਪਣੀ ਜਾਨ 'ਤੇ ਖਤਰਾ ਆ ਜਾਏ, ਫਿਰ ਹੇ ਮਾਂ ਕਾਲੀ, ਤੁਸੀਂ ਮੇਰਾ ਹੱਥ ਫੜੇ ਰੱਖਣਾ ਤਾਂ ਕਿ ਮੈਂ ਇਸ ਔਖੇ ਵੇਲੇ ਵਿੱਚ ਆਪਣੇ ਪਤੀ ਦਾ ਸਾਥ ਨਿਭਾ ਸਕਾਂ, ਉਹਨਾਂ ਦੀ ਰੱਖਿਆ ਕਰ ਸਕਾਂ ਮਾਂ। ਕਿਉਂਕਿ ਤੇਰੇ ਭਗਤਾਂ ਨੂੰ ਮਾਂ ਕਦੇ ਤੱਤੀ ਵਾਹ ਨਹੀਂ ਲੱਗਦੀ। ਜੇ ਮਿਹਰ ਹੋਵੇ ਤੇਰੀ ਤਾਂ ਤੇਰੇ ਭਗਤਾਂ 'ਤੇ ਦੁਸ਼ਮਣ ਦੀ ਕਦੇ ਤਲਵਾਰ ਨਹੀਂ ਚੱਲਦੀ। ਉਹ ਕਹਿੰਦੇ ਨੇ ਸਵੇਰ ਦੇ ਸੁਪਨੇ ਹਮੇਸ਼ਾ ਸੱਚ ਹੁੰਦੇ ਨੇ, ਪਰ ਹੁਣ ਤੱਕ ਤਾਂ ਸਾਰਾ ਘਰ ਮਾਂ ਦਿਵਿਆਨਾ ਨੂੰ ਹੀ ਸ਼ਕਤੀ ਦਾ ਰੂਪ ਮੰਨਦਾ ਆਇਆ ਹੈ। ਅਤੇ ਅੱਜ ਜੇ ਮੈਂ ਇੱਕ ਸੁਪਨੇ ਦੇ ਆਧਾਰ 'ਤੇ ਇਹ ਗੱਲ ਸਭ ਨੂੰ ਦੱਸਾਂਗੀ ਤਾਂ ਉਹ ਸਭ ਕੀ ਸੋਚਣਗੇ ਮੇਰੇ ਬਾਰੇ? ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਇਹ ਸਭ ਮੇਰੇ ਮਨ ਦਾ ਕੋਈ ਵਹਿਮ ਹੈ ਜਾਂ ਫਿਰ ਮਾਂ ਕਾਲੀ ਵੱਲੋਂ ਦਿੱਤਾ ਗਿਆ ਕੋਈ ਸੰਕੇਤ। ਸਵਰਨਾ, ਸਵਰਨਾ ਜੀ, ਸਭ ਠੀਕ ਤਾਂ ਹੈ ਨਾ? ਹਾਂ, ਸਭ ਠੀਕ ਹੈ। ਤੇ ਫਿਰ ਤੁਹਾਡੀ ਅੱਖਾਂ ਨੂੰ ਕੀ ਹੋਇਆ? ਅੱਖਾਂ ਸੁੱਜੀਆਂ ਕਿਉਂ ਲੱਗ ਰਹੀਆਂ ਨੇ? ਕੁਝ ਨਹੀਂ, ਬਸ ਏਦਾਂ ਹੀ। ਜੀ, ਫਿਰ ਕੋਈ ਫਿਕਰ ਵਾਲੀ ਗੱਲ ਨਹੀਂ ਹੈ, ਤੇ ਫਿਰ ਤੇਰੇ ਚਿਹਰੇ ਦੀ ਰੌਣਕ ਕਿੱਥੇ ਹੈ? ਹੁਣ ਮੈਂ ਇਹਨਾਂ ਨੂੰ ਆਪਣੀ ਪਰੇਸ਼ਾਨੀ ਦਾ ਕੀ ਕਾਰਨ ਦੱਸਾਂ? ਸਾਨੂੰ ਇਕੱਠੇ ਰਹਿੰਦੇ ਇੰਨੇ ਸਾਲ ਹੋ ਗਏ ਨੇ, ਤੁਹਾਡਾ ਚਿਹਰਾ ਦੇਖ ਕੇ ਮੈਂ ਤਾਂ ਦੱਸ ਸਕਦਾ ਕਿ ਤੁਸੀਂ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੋ। ਜੇ ਤੁਸੀਂ ਗੱਲ ਨਹੀਂ ਦੱਸਣੀ ਤਾਂ ਕੋਈ ਗੱਲ ਨਹੀਂ, ਬਾਅਦ 'ਚ ਦੱਸ ਦਿਓ, ਪਰ ਫਿਲਹਾਲ ਤੁਸੀਂ ਮੇਰੇ ਨਾਲ ਬਾਹਰ ਚੱਲੋ, ਨਹੀਂ ਤਾਂ ਇੱਥੇ ਬਹਿ ਕੇ ਐਵੇਂ ਸੋਚੀ ਜਾਓਗੇ। ਸੁਣੋ ਜੀ। ਹਾਂਜੀ, ਬੋਲੋ। ਉਹ ਕੱਲ੍ਹ ਰਾਤੀ ਮੈਂ ਇੱਕ ਸੁਪਨਾ ਵੇਖਿਆ। ਸੁਪਨਾ? ਕਿਹੜਾ ਸੁਪਨਾ? ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਜੀ ਦਾ ਸੁਪਨਾ। ਤੇ ਫਿਰ ਇਹਦੇ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ? ਉਹ ਇਹ ਤਾਂ ਚੰਗੀ ਗੱਲ ਹੈ ਨਾ, ਇਹਦਾ ਮਤਲਬ ਤਾਂ ਬਹੁਤ ਵਧੀਆ ਸੁਪਨਾ ਆਇਆ। ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੇ ਦਰਸ਼ਨ ਤਾਂ ਸੁਪਨਿਆਂ 'ਚ ਬੜੇ ਕਿਸਮਤ ਵਾਲੇ ਨੇ ਹੁੰਦੇ ਨੇ, ਇਹ ਤਾਂ ਬਹੁਤ ਹੀ ਵੱਡਾ ਸ਼ੁਭ ਸੰਕੇਤ ਹੈ। ਇਹਦੇ ਸੋਚਣ ਵਾਲੀ ਕਿਹੜੀ ਗੱਲ ਹੈ? ਨਹੀਂ ਜੀ, ਦਰਅਸਲ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮੈਂ ਸੁਪਨੇ ਵਿੱਚ ਆਪਣੇ ਇਸ਼ਾਨ ਤੇ ਸ਼ਿਵਿਕਾ ਨੂੰ ਦੇਖਿਆ। ਅੱਛਾ, ਉਹਨਾਂ ਦੋਨਾਂ ਨੂੰ ਵੀ ਦੇਖਿਆ? ਹਾਂਜੀ,
ਮੈਂ ਇਸ਼ਾਨ ਤੇ ਸ਼ਿਵਿਕਾ ਨੂੰ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਜੀ ਦੇ ਰੂਪ ਵਿੱਚ ਦੇਖਿਆ। ਕੀ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੇ ਰੂਪ ਵਿੱਚ ਇਸ਼ਾਨ ਤੇ ਸ਼ਿਵਿਕਾ? ਉਹ ਨਜ਼ਾਰਾ ਬੜਾ ਹੀ ਸੋਹਣਾ ਸੀ। ਦੇਵ ਰੂਪ ਵਿੱਚ ਇਸ਼ਾਨ ਤੇ ਸ਼ਿਵਿਕਾ ਮੈਨੂੰ ਦਰਸ਼ਨ ਦੇ ਰਹੇ ਸਨ। ਸਹਿਗਲ ਸਾਹਿਬ, ਇਹਦਾ ਕੀ ਮਤਲਬ ਹੋ ਸਕਦਾ ਹੈ? ਇਹਦੇ ਸੋਚਣ ਵਾਲੀ ਕਿਹੜੀ ਗੱਲ ਹੈ? ਇਹ ਤਾਂ ਇਹੀ ਦਰਸਾਉਂਦਾ ਹੈ ਕਿ ਆਪਣੀ ਸ਼ਿਵਿਕਾ ਤੇ ਇਸ਼ਾਨ ਦੇ ਉੱਤੇ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦਾ ਆਸ਼ੀਰਵਾਦ ਹੈ। ਤਾਂ ਹੀ ਤਾਂ ਉਹਨਾਂ ਦੋਨਾਂ ਦੀ ਜੋੜੀ ਸ਼ਿਵ ਸ਼ਕਤੀ ਦੀ ਜੋੜੀ ਹੈ, ਤੇ ਨਾਲੇ ਆਪਾਂ ਜੋ ਕੁਛ ਵੀ ਸੋਚਨੇ ਆ ਨਾ, ਉਹੀ ਤਾਂ ਸੁਪਨੇ 'ਚ ਦਿਖਦਾ ਹੈ। ਹੁਣ ਤੂੰ ਦਿਮਾਗ 'ਤੇ ਬਹੁਤਾ ਜ਼ੋਰ ਨਾ ਪਾ, ਅੱਜ ਆਪਾਂ ਬ੍ਰੇਕਫਾਸਟ ਕਰ ਲਈਏ। ਨਹੀਂ, ਪਤਾ ਨਹੀਂ ਕਿਉਂ ਮੈਨੂੰ ਕੁਛ ਘਬਰਾਹਟ ਜਿਹੀ ਹੋ ਰਹੀ ਏ। ਇਹ ਸੁਪਨਾ ਮੈਨੂੰ ਕੋਈ ਆਮ ਸੁਪਨੇ ਜਿਹਾ ਨਹੀਂ ਲੱਗ ਰਿਹਾ, ਬਲਕਿ ਮਾਂ ਕਾਲੀ ਦਾ ਦਿੱਤਾ ਕੋਈ ਸੰਕੇਤ ਲੱਗ ਰਿਹਾ। ਕਿਤੇ ਸਹਿਗਲ ਸਾਹਿਬ ਦੀ ਗੱਲ ਸਹੀ ਤਾਂ ਨਹੀਂ? ਮੰਮੀ ਨੇ ਕਿਹਾ ਸੀ ਕਿ 10 ਵਜੇ ਉਹਨੂੰ ਕਿਡਨੈਪਰ ਮਿਲਣ ਆਉਣ ਵਾਲੇ ਨੇ। ਆਈ ਥਿੰਕ ਮੈਨੂੰ ਟਾਈਮ ਤੋਂ ਪਹਿਲੇ ਜਾਣਾ ਚਾਹੀਦਾ ਤੇ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਜਿੱਥੇ ਪੰਮੀ ਨੇ ਉਹਨੂੰ ਬੁਲਾਇਆ ਸੀ। ਹੈਲੋ ਜਸਲੀਨ, ਇੱਕ ਗੱਲ ਸੁਣ, ਮੇਰੀ ਅੱਜ ਦੀ ਜਿੰਨੀ ਵੀ ਅਪੁਆਇੰਟਮੈਂਟ ਹੈ ਉਹ ਕੱਲ੍ਹ ਵਾਸਤੇ ਰੀਸ਼ਡਿਊਲ ਕਰ ਦੇ। ਮੈਂ ਆਵਾਂਗਾ ਪਰ ਥੋੜ੍ਹੇ ਟਾਈਮ ਵਾਸਤੇ। ਅਤੇ ਗੱਲ ਸੁਣ, ਜੇ ਕੋਈ ਐਮਰਜੈਂਸੀ ਹੋਈ ਤਾਂ ਹੀ ਮੈਨੂੰ ਕਾਲ ਕਰੀ, ਓਕੇ? ਡਾਕਟਰ ਨਿਸ਼ਾਨ, ਤੁਸੀਂ ਸਵੇਰੇ ਸਵੇਰੇ ਕਿੱਥੇ ਚੱਲੇ ਹੋ? ਐਕਚੁਅਲੀ ਮੈਂ ਸੋਚ ਰਿਹਾ ਸੀ ਮੈਂ ਥੋੜ੍ਹਾ ਜਲਦੀ ਜਾ ਕੇ ਉਹਨਾਂ ਕਿਡਨੈਪਰਸ ਦਾ ਵੇਟ ਕਰਾਂ। ਹਾਂ ਠੀਕ ਹੈ, ਮੈਂ ਵੀ ਜਲਦੀ ਆਪਣੇ ਕੰਮ ਖਤਮ ਕਰ ਲੈਂਦੀ ਹਾਂ, ਫਿਰ ਅਸੀਂ ਨਾਲ ਚੱਲਦੇ ਹਾਂ। ਕੀ ਕਿਹਾ ਤੂੰ? ਇਕੱਠੇ ਚੱਲਦੇ ਹਾਂ? ਮਤਲਬ ਇਕੱਠੇ? ਮਤਲਬ ਇਕੱਠੇ ਚੱਲਾਂਗੇ, ਤੁਸੀਂ ਤੇ ਮੈਂ ਦੋਵੇਂ ਜਾਵਾਂਗੇ। ਵਾਟ? ਬਿਲਕੁਲ ਵੀ ਨਹੀਂ, ਮੈਂ ਉੱਥੇ ਘੁੰਮਣ ਨਹੀਂ ਜਾ ਰਿਹਾ, ਉੱਥੇ ਤੇਰੀ ਜਾਨ ਨੂੰ ਖਤਰਾ ਹੋ ਸਕਦਾ। ਮੈਂ ਕਹਿਤਾ ਨਾ ਤੂੰ ਨਹੀਂ ਜਾ ਸਕਦੀ, ਮਤਲਬ ਨਹੀਂ ਜਾ ਸਕਦੀ। ਨਹੀਂ ਡਾਕਟਰ ਇਸ਼ਾਨ, ਮੈਂ ਕਿਹਾ ਨਾ ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਤੁਹਾਨੂੰ ਇਕੱਲੇ ਕਿਤੇ ਨਹੀਂ ਜਾਣ ਦਿਆਂਗੀ। ਸ਼ਿਵਿਕਾ, ਮੈਂ ਇੱਕ ਵਾਰ ਮਨਾ ਕੀਤਾ ਨਾ, ਤੂੰ ਮੇਰੇ ਨਾਲ ਨਹੀਂ ਆ ਸਕਦੀ, ਮਤਲਬ ਨਹੀਂ ਆ ਸਕਦੀ। ਮੈਂ ਵੀ ਜੇ ਇੱਕ ਵਾਰ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਆਵਾਂਗੀ, ਮਤਲਬ ਆਵਾਂਗੀ। ਸ਼ਿਵਿਕਾ, ਟਰਾਈ ਟੂ ਅੰਡਰਸਟੈਂਡ, ਉਹ ਲੋਕ ਬਹੁਤ ਖਤਰਨਾਕ ਨੇ। ਤੂੰ ਇਹ ਗੱਲ ਆਪ ਸੋਚ
ਜਿਹੜੇ ਕ੍ਰਾਈਮ ਕਰਕੇ ਸਾਡੇ ਘਰ 'ਚ ਆਉਣ ਦਾ ਦਮ ਰੱਖਦੇ ਨੇ, ਉਹ ਲੋਕ ਕਿੰਨੇ ਵੱਡੇ ਬਦਮਾਸ਼ ਹੋਣਗੇ। ਉਹ ਕ੍ਰਿਮੀਨਲਸ ਨੇ, ਉਹਨਾਂ ਨੂੰ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਹੈ। ਡਾਕਟਰ ਇਸ਼ਾਨ, ਮੈਂ ਵੀ ਤੁਹਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਲੋਕ ਬਹੁਤ ਖਤਰਨਾਕ ਨੇ, ਸੋ ਮੈਂ ਤੁਹਾਨੂੰ ਇਕੱਲੇ ਨਹੀਂ ਜਾਣ ਦੇ ਸਕਦੀ। ਨਾਲੇ ਤੁਸੀਂ ਭੁੱਲੋ ਨਾ ਕਿ ਅਸੀਂ ਇੱਕ ਦੂਜੇ ਨੂੰ ਹਰ ਮੁਸੀਬਤ ਤੇ ਔਖੇ ਸਮੇਂ ਵਿੱਚ ਨਾਲ ਰਹਿਣ ਦਾ ਵਚਨ ਦਿੱਤਾ, ਸੋ ਮੈਂ ਤੁਹਾਨੂੰ ਇਕੱਲੇ ਕਿੱਦਾਂ ਛੱਡ ਸਕਦੀ ਹਾਂ। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।